ਨਾ ਤਾਂ ਦਲਜੀਤ ਬਾਈ ਤੁਸੀਂ ਮੈਸੇਜਾਂ 'ਚ ਜਵਾਬ ਦਿੰਦੇ ਹੋ, ਨਾ ਤੁਹਾਡੀ ਰੈਪਰ ਨਸੀਬ ਅਤੇ ਦਲਜੀਤ ਦੋਸਾਂਝ ਦਾ ਵਿਵਾਦ ਭਖਦਾ ਨਜ਼ਰ ਆ ਰਿਹਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਦਿਨੀ ਇੱਕ ਵੀਡੀਓ ਉੱਤੇ ਰੈਪਰ ਨਸੀਬ ਵੱਲੋਂ ਕਮੈਂਟ ਕੀਤਾ ਗਿਆ ਸੀ, ਜੋ ਵੀਡੀਓ ਕਿ ਦਲਜੀਤ ਦੋਸਾਂਝ ਦੀ ਸੀ, ਜਿਸ ਵਿੱਚ ਕਿ ਉਹ ਜਿੰਮ ਲਾ ਰਹੇ ਸਨ, ਜਿਸ ਵਿੱਚ ਨਸੀਬ ਵੱਲੋਂ ਦਲਜੀਤ ਦੋਸਾਂਝ ਉੱਤੇ ਉਹਨਾਂ ਦੀ ਸਿੱਖੀ ਨੂੰ ਲੈ ਕੇ ਸਵਾਲ ਚੁੱਕੇ ਗਏ ਸਨ, ਕਿਉਂਕਿ ਉਹਨਾਂ ਵੱਲੋਂ ਟੋਪੀ ਪਾਈ ਹੋਈ ਸੀ ਅਤੇ ਅਕਸਰ ਕਟਿੰਗ ਨੂੰ ਲੈ ਕੇ ਜੋ ਸਵਾਲ ਚੁੱਕੇ ਜਾਂਦੇ ਸਨ। ਜਿਸ ਤੋਂ ਬਾਅਦ ਕਿ ਦਲਜੀਤ ਦੋਸਾਂਝ ਦਾ ਰੈਪਰ ਨਸੀਬ ਨੂੰ ਰਿਪਲਾਈ ਵੀ ਆਇਆ, ਜਿਸ ਦੇ ਵਿੱਚ ਦਲਜੀਤ ਦੋਸਾਂਝ ਲਿਖਦੇ ਨੇ, ਨਸੀਬ ਵੀਰੇ ਬਹੁਤ ਪਿਆਰ ਤੁਹਾਨੂੰ, ਰੱਬ ਤੁਹਾਨੂੰ ਬਹੁਤ ਬਹੁਤ ਤਰੱਕੀ ਦੇਵੇ ਅਤੇ ਚੜ੍ਹਦੀ ਕਲਾ 'ਚ ਰੱਖੇ। ਉਹ ਆਪ ਹੀ ਬੋਲ ਰਿਹਾ ਅਤੇ ਆਪ ਹੀ ਜਵਾਬ ਵੀ ਦੇ ਰਿਹਾ, ਮੇਰੇ ਵੱਲੋਂ ਸਿਰਫ ਪਿਆਰ ਅਤੇ ਪਿਆਰ ਸ਼ੁਕਰ, ਦਲਜੀਤ ਦੋਸਾਂਝ ਵੱਲੋਂ ਇਹ ਰਿਪਲਾਈ ਦਿੱਤਾ ਗਿਆ। ਜਿਸ ਤੋਂ ਬਾਅਦ ਕਿ ਨਸੀਬ ਵੱਲੋਂ ਵੀ ਲਗਾਤਾਰ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ, ਕਿਤੇ ਤਾਂ ਕਿਹਾ ਜਾ ਰਿਹਾ ਹੈ ਕਿ ਮੇਰਾ ਰਿਪਲਾਈ ਨਹੀਂ ਕੀਤਾ ਜਾ ਰਿਹਾ। ਇੱਕ ਉਹਨਾਂ ਵੱਲੋਂ ਸਟੋਰੀ ਵਿੱਚ ਆਡੀਓ ਵੀ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਰੈਪਰ ਨਸੀਬ ਬੋਲਦਾ ਹੈ ਕਿ ਨਾ ਤਾਂ ਦਲਜੀਤ ਵੀਰੇ ਤੁਸੀਂ ਮੇਰਾ ਮੈਸੇਜ ਜਾਂ ਜਵਾਬ ਦਿੰਦੇ ਹੋ, ਨਾ ਤੁਹਾਡੀ ਮੈਨੇਜਰ ਸੋਨਾਲੀ ਸਿੰਘ। ਇਸ ਤੋਂ ਬਾਅਦ ਹੋਰ ਕੀ ਕਹਿਣਾ ਸੀ ਰੈਪਰ ਨਸੀਬ ਦਾ, ਤੁਸੀਂ ਆਪ ਸੁਣ ਲਓ। ਬਾਕੀ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਕਿ ਰੈਪਰ ਨਸੀਬ ਵੱਲੋਂ ਜੋ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਉਹ ਸਹੀ ਨੇ, ਜਾਂ ਜੋ ਦਲਜੀਤ ਦੋਸਾਂਝ ਵੱਲੋਂ ਕੋਈ ਵੀ ਵਿਵਾਦ ਨਾ ਖੜਾ ਕਰਦੇ ਹੋਏ ਸਿੰਪਲ ਤਰੀਕੇ ਦੇ ਵਿੱਚ ਭਾਈਚਾਰਕ ਸਾਂਝ ਨੂੰ ਵਧਾਉਂਦੇ ਹੋਏ ਉਸ ਨੂੰ ਜਵਾਬ ਦਿੱਤਾ ਗਿਆ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਣਾ। ਨਾ ਤਾਂ ਦਲਜੀਤ ਬਾਈ ਤੁਸੀਂ ਮੈਸੇਜਾਂ 'ਚ ਜਵਾਬ ਦਿੰਦੇ ਹੋ, ਨਾ ਤੁਹਾਡੀ ਮੈਨੇਜਰ ਸੋਨਾਲੀ ਸਿੰਘ ਜਵਾਬ ਦਿੰਦੀ ਹੈ, ਹੈ ਨਾ। ਹੁਣ ਤੁਸੀਂ ਸਟੋਰੀ ਪਾ ਰਹੇ ਹੋ ਕਿ ਸਭ ਕੁਛ ਰੱਬ ਕਹਾ ਰਿਹਾ ਵਿੱਚੋਂ, ਤਾਂ ਬਾਈ ਡੋਂਟ, ਹੈ ਨਾ, ਲਾਈਕ ਆਹ ਚੀਜ਼ਾਂ ਛੱਡ ਦਿਓ, ਧਰਮ ਵੱਲ ਦੇਖੀਏ ਥੋੜ੍ਹਾ ਜਿਹਾ, ਅਤੇ ਆਪਾਂ ਬਹੁਤ ਬੈਟਰ ਬਣਾ ਸਕਦੇ ਹਾਂ, ਕੇਸ ਵਧਾ ਕੇ ਪੱਗ ਬੰਨ ਸਕਦੇ ਹਾਂ ਆਪਾਂ, ਹੈ ਨਾ, ਤਾਂ ਕਿ ਕੱਲ੍ਹ ਨੂੰ ਗੋਰਾ ਕੋਈ ਪੁੱਛੇ ਕਿ ਯੂ ਆਰ ਰੀਅਲ, ਅਤੇ ਆਪਾਂ ਉਹਨੂੰ ਕੁਛ ਦੱਸ ਸਕੀਏ। ਤੁਸੀਂ ਮੈਥੋਂ ਬਹੁਤ ਵੱਡੇ ਹੋ ਬਾਈ, ਦੈਟਸ ਇਟ। ਮੇਰੇ ਮੈਸੇਜ ਭਰੇ ਪਏ ਆ, ਲੋਕ ਮੈਨੂੰ ਗਾਲਾਂ ਕੱਢ ਰਹੇ ਆ, ਬਟ ਤੁਹਾਨੂੰ ਵੀ ਪਤਾ ਅਤੇ ਮੈਨੂੰ ਵੀ ਪਤਾ ਇਹ ਸੱਚ ਆ ਕਿਤੇ ਨਾ ਕਿਤੇ। ਜਿਵੇਂ ਤੁਸੀਂ ਕਿਹਾ ਕਿ ਗੋਬਿੰਦ ਮੇਰੇ 'ਚੋਂ ਆਪ ਕਹਾ ਰਿਹਾ, ਦੈਟਸ ਦਾ ਫੈਕਟ ਬਰੋ, ਦੈਟਸ ਇਟ।